वार्ड नंबर 33 गली नंबर 10 टावर वाली गली विच पिछले 4 महीनों तो सीवरेज ठप होण कारण गली दे लोकां नूं काफी परेशानी का सामना करना पै रहा है। इस संबंधी सवरणजीत सिंह नाल गलबात कीती तां पता चलिया कि इस गली विच पिछले 4 महीनों तो सीवरेज ठप पिया है अते लोकां दा बाहर निकलना भी औखा होया है। छोटे छोटे बच्चे गली विच खेडण नूं भी तरसदे हन। इस संबंधी इलाका कौंसलर सतपाल लहारा कोल पिछले 4 महीनों तो बार बार गेड़े मारन ते भी कोई ठोस हल नहीं निकलिया। इस संबंधी असीं डिप्टी मेयर जरनैल सिंह शिमलापुरी नूं भी कई बार मिल चुके हाँ, पर उन्होंने भी साडी कोई सुनवाई नहीं की। जदों साडे पत्रकार ने इलाका कौंसलर सतपाल लहारा नाल गलबात की तो उन्होंने कहा कि अज इन्हां दी समस्या का हल हो जाएगा, नाल वाली गली विच काम चल रहा है अते इन्हां दा भी हल छेती ही किया जाएगा। जदों इस संबंधी इलाका डिप्टी मेयर जरनैल सिंह शिमलापुरी नाल गलबात की गई तो उन्होंने कहा कि बंदे भेज दिते हन अते थोड़ी देर तक पहुंच जाएंगे। रिपोर्ट जन कल्याण टीवी तो पत्रकार रविंदर जिम्मी। जी की नाम है जी? ਤੁਹਾਡਾ ਸਵਰਨਜੀਤ ਸਿੰਘ ਨਾਮ ਹੈ ਜੀ ਸਾਡਾ। ਹਾਂਜੀ, ਕੀ ਦੀ ਪ੍ਰੋਬਲਮ ਹੈ ਜੀ ਤੁਹਾਨੂੰ ਉੱਥੇ? ਪ੍ਰੋਬਲਮ ਜੀ, ਸਾਡੇ ਇਲਾਕੇ ਦੇ ਵਿੱਚ ਅੱਜ 3 ਮਹੀਨੇ ਤੋਂ 3 ਤੋਂ ਵੀ 4 ਮਹੀਨੇ ਹੋ ਗਏ ਆ, ਇਹ ਸੀਵਰੇਜ ਜਿਹੜਾ ਤੁਸੀਂ ਦੇਖ ਰਹੇ ਹੋ ਬੰਦ ਹੈ। ਅਸੀਂ ਜਦੋਂ ਵੀ ਜਾ ਕੇ ਇਹਨਾਂ ਕੋਲ ਆਪਣਾ ਕੌਂਸਲਰ ਸਾਹਿਬ ਕੋਲ ਗਏ ਹਾਂ, ਸਾਨੂੰ ਸਿਰਫ ਇੱਕੋ ਧਵਾਸ ਦਿੱਤਾ ਗਿਆ ਕਿ ਬੰਦੇ ਆ ਰਹੇ ਆ। ਬੰਦੇ ਆਉਂਦੇ ਆ, ਆ ਕੇ ਟੱਕਣ ਨੂੰ ਵੇਖਦੇ ਆ, ਵੇਖ ਕੇ ਚਲੇ ਜਾਂਦੇ ਆ ਜੀ। ਸਾਡੇ ਕੋਲ ਮਸ਼ੀਨ ਹੈ ਨਹੀਂ, ਮਸ਼ੀਨ ਆਊਗੀ ਤਾਂ ਸੋਟੀ ਵੱਜੂਗੀ। ਕਿਹੜਾ ਏਰੀਆ ਪੈਂਦਾ ਜੀ ਇਹ? ਵਾਰਡ ਨੰਬਰ 33 ਪੈਂਦਾ ਜੀ। ਕੌਂਸਲਰ ਕਿਹੜਾ ਪੈਂਦਾ ਜੀ? ਸਤਪਾਲ ਲੋਹਾਰਾ ਜੀ। ਤੁਸੀਂ ਉਹਨਾਂ ਕੋਲੇ ਜਾ ਕੇ ਸ਼ਿਕਾਇਤ ਕਰੋ ਉਹਨਾਂ ਕੋਲੇ? ਬਹੁਤ ਵਾਰੀ ਜਾਏ ਆ ਜੀ। ਤੇ ਮੇਅਰ ਨੂੰ ਕਹਿਣਾ ਸੀਗਾ? ਮੇਅਰ ਸਾਹਿਬ ਕੋਲ ਗਏ ਆ ਜੀ। ਹਾਂਜੀ, ਕੀ ਕਹਿੰਦੇ? ਸਾਰੇ ਕਹਿੰਦੇ ਜੀ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ, ਨਾ ਕਿਸੇ ਨੇ ਨਹੀਂ ਕੀਤੀ ਵੀ ਅਸੀਂ ਨਹੀਂ ਆਉਂਦੇ ਜਾਂ ਸਾਡੇ ਬੰਦੇ ਨਹੀਂ ਆਉਂਦੇ, ਕੋਈ ਨਾ ਨਹੀਂ ਕਰਦਾ ਜੀ। ਆਇਆ ਕੋਈ ਨਹੀਂ, ਪਰ ਆਉਂਦਾ ਕੋਈ ਵੀ ਨਹੀਂ। ਗਲੀਆਂ 'ਚ ਹੋਦੀਆਂ ਵੀ ਭਰੀਆਂ ਵੇ, ਘਰ ਦੇ ਅੰਦਰ ਹੋਦੀਆਂ ਭਰੀਆਂ। ਅੱਜ ਸਵੇਰੇ ਵੀ ਆਪਣਾ ਗੱਲ ਹੋਈ ਹੈ ਜੀ, ਉਹ ਕਹਿੰਦੇ ਬੰਦੇ ਆ ਰਹੇ ਆ। ਕਿਹਦੇ ਨਾਲ ਹੋਈ ਗੱਲ ਤੁਹਾਡੀ? ਜਰਨੈਲ ਸਿੰਘ ਸ਼ਿਮਲਾਪੁਰੀ ਜੀ ਨਾਲ। ਕੌਂਸਲਰ ਸਤਪਾਲ ਲੋਹਰਾ ਮੁਰਦਾਬਾਦ। ਕੌਂਸਲਰ ਸਤਪਾਲ ਲੋਹਰਾ ਮੁਰਦਾਬਾਦ। ਕਾਰਪੋਰੇਸ਼ਨ ਮੁਰਦਾਬਾਦ। ਕਾਰਪੋਰੇਸ਼ਨ ਮੁਰਦਾਬਾਦ।